ਰਹਾ ਦੁਨੀਆ ਮੀਆਂ ਨੂੰ, ਰਹਾ ਦੁਨੀਆ ਮੀਆਂ ਨੂੰ, ਤੂੰ ਆਖਦਾ ਸੇਖ ਜਿਵੇਂ ਰਹਾ ਦੁਨੀਆ ਮੀਆਂ ਨੂੰ, ਤੂੰ ਆਖਦਾ ਦਿਲੋਂ ਲੱਗੀਆਂ ਨੂੰ ਉਜਾੜ ਪਿਆ, ਸੁਰਤਾਂ ਚ ਡੁੱਬਿਆ, ਸੁਰਤਾਂ ਚ ਡੁੱਬਿਆ, ਹੰਝੂਆਂ ਤੋਂ ਮੁਖ ਮੋੜਿਆ, ਸੁਰਤਾਂ ਚ ਡੁੱਬਿਆ, ਜੂਆਂ ਤੋਂ ਮੁਖ ਮੋੜਿਆ, ਰੂਹਾਂ ਭਿੱਜੀਆਂ ਨੂੰ ਹਾੜ ਪਿਆ, ਰੂਹਾਂ ਭਿੱਜੀਆਂ ਨੂੰ ਹਾੜ ਪਿਆ, ਵੈਰਾਗੀਆਂ ਦੀ ਬੁੱਕਲਾਂ ਚ ਤੁਖਦੀਆਂ ਚਿੜ, ਦੀ ਬੁੱਕਲਾਂ ਚ ਤੁਖ ਦੀਆਂ ਚਿੜਗਾਂ। ਇੱਕ ਦੋ ਦਿਨ ਪਹਿਲੇ ਲਿਖੇ ਹੈ, ਸੋ ਇਹ ਛਪੀ ਨਹੀਂ ਹੋਈ, ਹਰ ਛਪੀ ਹੈ। ਮੈਂ ਪਿਆਸੀ ਵੈਰਾਗ ਦੀ, ਮੈਂ ਪਿਆਸੀ ਵੈਰਾਗ, ਮੈਂ ਦੁੱਖ ਦੁੱਖ ਜੀਵਾਂ, ਮੈਂ ਰੁਗ ਰੁਗ ਪੀੜਾਂ, ਮੈਂ ਦੁੱਖ ਦੁੱਖ ਜੀਵਾਂ, ਮੈਂ ਰੁਗ ਰੁਗ ਪੀੜਾਂ, ਦਰਦ ਪਿਆ ਲਾਲ ਲਬੋ ਲਬ ਨਕੇ, ਦਰਦ ਪਿਆ ਲਾਲ ਕਿ
ਬਹੁਤ ਮਿਹਰਬਾਨੀ, ਥੈਂਕ ਯੂ ਸੁਨੀਲ ਦਾ। ਬਹੁਤ ਧੰਨਵਾਦ ਦੋਸਤੋ, ਕਿਉਂਕਿ ਆਪਾਂ 52 ਦੇ 52 ਕਵੀਆਂ ਦੀ ਜਿਹੜੀ ਕਵਿਤਾ ਦਾ ਆਨੰਦ ਮਾਣਨਾ, ਇਸ ਕਰਕੇ ਆਪਾਂ ਇੱਕ ਹੀ ਰਚਨਾ ਜਿਹੜੀ ਹੈ ਸੁਣਾਉਣੀ ਹੈ। ਸਾਡੇ ਵਿਚਕਾਰ ਪੰਜਾਬੀ ਦੇ ਸਮਰੱਥ ਸ਼ਾਇਰ ਗੁਰਭਜਨ ਗਿੱਲ ਜੀ ਪਹੁੰਚੇ ਨੇ, ਮਨਜਿੰਦਰ ਧਨੋਆ ਜੀ ਉਗੇ ਗਜ਼ਲ ਤੋਂ ਪਹੁੰਚੇ ਨੇ, ਅਤੇ ਬਹੁਤ ਹੀ ਅੱਛੀ ਗਜ਼ਲ ਕਹਿਣ ਵਾਲੇ ਮੈਡਮ ਗੁਰਚਰਨ ਕੌਰ ਕੋਚਰ ਜੀ ਆਏ ਨੇ। ਅਦਾਰਾ ਸ਼ਬਦ ਜੋਤ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆ। ਤੁਹਾਡੀ ਹਾਜ਼ਰੀ ਦੇ ਵਿੱਚ ਇਹਨਾਂ 52 ਸ਼ਾਇਰਾਂ ਨੇ ਆਪਣੀ ਜਿਹੜੀ ਰਚਨਾ ਕਹਿਣੀ ਆ, ਅਤੇ ਤੁਸੀਂ ਇਹਨਾਂ ਨੂੰ ਆਸ਼ੀਰਵਾਦ ਦੇਣਾ। ਰਾਕੇਸ਼ ਤੇਜਪਾਲ ਜਾਨੀ ਦੀ ਨਜ਼ਰ ਦੇ ਵਿੱਚ ਕਵਿਤਾ ਕੀ ਹੈ? ਕਵਿਤਾ ਵਿੱਚ ਜੇ ਕਵਿਤਾ ਹੋਵੇ ਮਿਟਦੇ ਘੋਰ ਹਨੇਰੇ ਨੇ, ਕਵਿਤਾ ਵਿੱਚ ਜੇ ਕਵਿਤਾ ਹੋਵੇ ਮਿਟਦੇ ਘੋਰ ਹਨੇਰੇ ਨੇ, ਜੇ ਹੋਮੈ ਨੂੰ ਪੱਠੇ ਪਾਉਣੇ ਕਾਰਜ ਹੋਰ ਬਥੇਰੇ। ਦੋਸਤੋ, ਇਸ ਤੋਂ ਬਾਅਦ ਅਨੂ ਸਿਮਰਨ, ਤੇ ਉਸ ਤੋਂ ਬਾਅਦ ਸੰਦੀਪ ਜਸਵਾਲ ਜੀ ਤਿਆਰ ਕਰਕੇ ਅਨੂ ਸਿਮਰਨ। ਸਾਰਿਆਂ ਨੂੰ ਅਨੂ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਨੂ ਤੇ ਸਿਮਰਨ ਵੱਲੋਂ, ਸਿਮਰਨ ਮੇਰੀ ਬੇਟੀ ਹੈ ਜੋ 4th ਕਲਾਸ ਵਿੱਚ ਪੜ੍ਹਦੀ ਹੈ, ਤੇ ਜਿਹਨੇ 1 ਸਾਲ ਪਹਿਲਾਂ ਮੈਨੂੰ ਅਹਿਸਾਸ ਦਵਾਇਆ ਕਿ ਕਲਮ ਚੱਕ ਲੈਣੀ ਚਾਹੀਦੀ ਹੈ, ਤੇ ਅੱਜ ਮੈਂ ਉਹਦੀ ਬਦੌਲਤ ਹੀ ਇੱਥੇ ਹਾਂ। ਤਾਂ ਇਸ ਫੀਲਡ ਦੇ ਵਿੱਚ ਜਿੱਥੇ ਵੀ ਨਾਮ ਹੁੰਦਾ ਤਾਂ ਅਨੂ ਸਿਮਰਨ ਨਾਲ ਹੀ ਜਾਣਿਆ ਜਾਂਦਾ। ਉਸਨੇ ਮੈਨੂੰ 2 ਦਿਨ ਪਹਿਲਾਂ ਹੀ ਕਵਿਤਾ ਲਿਖੀ, ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੇਟੀ ਵੀ ਕਵਿਤਾ ਲਿਖਦੀ ਹੈ। ਉਹਨੇ 2 ਦਿਨ ਪਹਿਲਾਂ ਮੈਨੂੰ ਇਹ ਸੁਣਾਇਆ, ਮੈਂ ਕੌਣ ਹਾਂ ਰੱਬ ਦੀ ਬਣਾਈ ਹੋਈ ਇੱਕ ਬੰਦੀ, ਕੁਝ ਲੋਕੀ ਮੈਨੂੰ ਪਰੀ ਕਹਿੰਦੇ ਨੇ ਤੇ ਕੁਝ ਲੋਕ ਪਾਪ। ਮੈਂ ਕੌਣ ਹਾਂ ਰੱਬ ਦੀ ਬਣਾਈ ਹੋਈ ਇੱਕ ਬੰਦੀ, ਕੁਝ ਲੋਕ ਮੈਨੂੰ ਪਰੀ ਕਹਿੰਦੇ ਨੇ ਤੇ ਕੁਝ ਲੋਕ ਪਾਪ, ਪਰ ਅੱਜ ਵੀ ਕਿਸੇ ਨੂੰ ਨਹੀਂ ਪਤਾ ਮੈਂ ਕੌਣ ਹਾਂ। ਉਹਨੇ ਜਿਸ ਦਿਨ ਇਹ ਕਵਿਤਾ ਲਿਖੀ ਤਾਂ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਕਿਸ ਮੋੜ ਤੋਂ ਸ਼ੁਰੂ ਹੁੰਦੀ ਹੈ, ਪਰ ਜਿਸ ਮੋੜ ਤੋਂ ਸ਼ੁਰੂ, ਜਦੋਂ ਤੱਕ ਉਹ ਮੋੜ ਆਉਂਦਾ ਤਾਂ ਉਮੀਦਾਂ ਦਾ ਅੰਤ ਹੋ ਚੁੱਕਿਆ ਹੁੰਦਾ। ਜ਼ਿੰਦਗੀ ਚਾਰ ਪਲਾਂ ਦੀ ਜ਼ਿੰਦਗੀ ਲੋਕੋ, ਚਾਰ ਦਿਨਾਂ ਵਿੱਚ ਢਲ ਜਾਣੀ। ਚਾਰ ਪਲਾਂ ਦੀ ਜ਼ਿੰਦਗੀ ਲੋਕੋ, ਚਾਰ ਦਿਨਾਂ ਵਿੱਚ ਢਲ ਜਾਣੀ। ਸੁੱਖਾਂ ਦੁੱਖਾਂ ਦੀ ਇਹੋ ਸਹੇਲੀ, ਕਿਸੇ ਦੇ ਹੱਥ ਨਾ ਇਹ ਆਉਣੀ। ਸੁੱਖ ਵੰਡਾਲਾ ਦੁੱਖ ਵੰਡਾਲਾ, ਸੁੱਖ ਵੰਡਾਲਾ ਦੁੱਖ ਵੰਡਾਲਾ, ਇਸ ਨੂੰ ਆਪਣਾ ਹਾਣੀ ਬਣਾ ਲੈ। ਇਹ ਨਾ ਰੁਕਦੀ ਜਿੰਦ ਮਰ ਜਾਣੀ, ਇਹੋ ਜ਼ਿੰਦਗੀ ਦੀ ਅਸਲ ਕਹਾਣੀ। ਉੱਠਣੀ ਜਿੰਦੇ ਮੇਰੀਏ, ਅੱਜ ਹੀ ਕਰ ਕੁਛ ਕੱਲ ਨਾ ਆਉਣੀ। ਸੁਪਨੇ ਵੇਖ ਪਰ ਦਿਲ ਨੂੰ ਸਮਝਾ ਲੈ, ਜੋ ਹੈ ਰੁੱਸਿਆ ਉਹਨੂੰ ਮਨਾ ਲੈ। ਮਾਂ ਕਹਿੰਦੀ ਸੀ ਮੈਂ ਸਾਂ ਸੁਣਦੀ, ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਵੇਂ ਮਰ ਗਏ ਖਤਮ ਕਹਾਣੀ। ਪਰ ਮੈਂ ਹਾਂ ਰਾਜਾ ਮੈਂ ਵੀ ਰਾਣੀ, ਅੱਜ ਹਰ ਕਿਸੇ ਦੀ ਇਹੋ ਜ਼ੁਬਾਨੀ, ਇਹੋ ਜ਼ਿੰਦਗੀ ਦੀ ਅਸਲ ਕਹਾਣੀ। ਉੱਠਣੀ ਜਿੰਦੇ ਮੇਰੀਏ, ਅੱਜ ਹੀ ਕਰ ਕੁਛ ਕੱਲ ਨਾ ਆਉਣੀ। ਪਿਆਰ ਦੇ ਵਿੱਚ ਨਾ ਜਰਦਾ ਕੋਈ, ਪਿਆਰ ਦੇ ਵਿੱਚ ਨਾ ਜਰਦਾ ਕੋਈ, ਹੰਕਾਰ ਦਾ ਮਾਰਿਆ ਹੀ ਮਰਦਾ ਹਰ ਕੋਈ। ਹਰ ਕੋਈ ਕਹਿੰਦਾ ਘੱਟ ਨਾ ਜਾਣੀ, ਪਰ ਬਾਬੇ ਨਾਨਕ ਦੀ ਤਾਂ ਇੱਕੋ ਹੈ ਬਾਣੀ, ਭਾਵੇਂ ਦਾਸੀ ਭਾਵੇਂ ਰਾਣੀ, ਮਰਨ ਤੋਂ ਪਹਿਲਾਂ ਸਭ ਮੰਗਦੇ ਪਾਣੀ, ਇਹੋ ਜ਼ਿੰਦਗੀ ਦੀ ਅਸਲ ਕਹਾਣੀ। ਉੱਠਣੀ ਜਿੰਦੇ ਮੇਰੀਏ, ਅੱਜ ਹੀ ਕਰ ਕੁਛ ਕੱਲ ਨਾ ਆਉਣੀ। ਉੱਚਿਆਂ ਦੇ ਨਾਲ ਨਾ ਰੀਸਾਂ ਲਾਈਏ,
ਉੱਚਿਆਂ ਦੇ ਨਾਲ ਨਾ ਰੀਸਾਂ ਲਾਈਏ, ਨੀਵਿਆਂ ਵੱਲ ਤੱਕ ਕੇ ਰੱਜ ਜਾਈਏ। ਹੁਣ ਤੱਕ ਜ਼ਿੰਦਗੀ ਨੇ ਹੈ ਤੈਨੂੰ ਮਾਣਿਆ, ਪਰ ਹੁਣ ਤੂੰ ਇਸ ਦੀ ਰਮਜ਼ ਪਛਾਣੀ, ਇਸ ਨੂੰ ਖੁੱਲ ਕੇ ਜੀਣ ਦੀ ਠਾਣੀ। ਆਪਣੇ ਆਪ ਨੂੰ ਗੱਲ ਨਾਲ ਲਾ ਲੈ, ਫਿਰ ਜ਼ਿੰਦਗੀ ਵੀ ਤੇਰਾ ਭਰੂਗੀ ਪਾਣੀ। ਆਪਣੇ ਆਪ ਦੀ ਕਲਮ ਪਛਾਣੀ, ਇਹੋ ਜ਼ਿੰਦਗੀ ਦੀ ਅਸਲ ਕਹਾਣੀ। ਉੱਠਣੇ ਜਿੰਦੇ ਮਿਲੀਏ, ਅੱਜ ਹੀ ਦਰ ਵਿੱਚ ਕੱਲ ਨਾ ਆਉਣ। ਸ਼ੁਕਰੀਆ ਤੁਹਾਨੂੰ ਸਿਮਰਨ। ਪਰਮਜੀਤ ਢਿੱਲੋਂ ਲਈ ਕਵਿਤਾ ਕੀ ਹੈ? ਪਰਮਜੀਤ ਲਿਖਦਾ, ਕਵਿਤਾ ਮੇਰੇ ਲਈ ਨਸ਼ਾ ਹੈ, ਪਤਾ ਲਈ ਮੈਂ ਕਵਿਤਾ ਲਈ ਹਾਂ ਜਾਂ ਕਿ ਕਵਿਤਾ ਮੇਰੇ ਲਈ। ਮੈਨੂੰ ਕਵਿਤਾ ਕੁਦਰਤ ਦੀ ਹਰ ਹਰਕਤ ਵਿੱਚ ਨਜ਼ਰ ਆਉਂਦੀ ਹੈ, ਕਵਿਤਾ ਜ਼ਿੰਦਗੀ ਜਿਉਣ ਦੀ ਅਦਾ ਸਿਖਾਉਂਦੀ ਹੈ। ਉਸ ਤੋਂ ਬਾਅਦ ਜਿਸ ਸ਼ਾਇਰ ਨੂੰ ਮੈਂ ਪੇਸ਼ ਕਰ ਰਿਹਾ, ਸੰਦੀਪ ਜਸਵਾਲ, ਉਸਦੀ ਨਾਜ਼ਮ ਹੈ ਧੂਣੀ ਦੀ ਅੱਖ। ਔਰ ਸੰਦੀਪ ਜਸਵਾਲ ਤੋਂ ਬਾਅਦ ਡਾਕਟਰ ਵੀਰਪਾਲ ਕੌਰ ਕਮਲ ਤੇ ਤਿਆਰ ਰਹਿਣਗੇ। ਖਾਬਾਂ ਵਰਗੇ ਰੰਗ ਕੀ ਲੱਭਣੇ ਨੇ ਹੁਣ ਇਸ ਦੇਸ਼ ਵਿੱਚ, ਖਾਬਾਂ ਵਰਗੇ ਰੰਗ ਕੀ ਲੱਭਣੇ ਨੇ ਹੁਣ ਇਸ ਦੇਸ਼ ਵਿੱਚ, ਹਾਕਮ ਨੂੰ ਤਾਂ ਝੰਡੇ ਵਿਚਲੇ ਕੁਝ ਰੰਗਾਂ ਤੇ ਵੀ ਇਤਰਾਜ਼ ਹੈ। ਕੋਈ ਹੱਕ ਨਹੀਂ ਹੈ ਤੇਰਾ, ਕਾਣੀ ਵੰਡ ਨਹੀਂ ਕਰਾਂਗੀ ਮੈਂ, ਭਾਵੇਂ ਤੇਰੇ ਰੱਬ ਨੇ ਕੀਤੀ ਹੋਵੇ ਮੇਰੇ ਨਾਲ, ਕਿਉਂਕਿ ਮੈਂ ਰੱਬ ਨਹੀਂ ਹਾਂ, ਕਿਉਂਕਿ ਮੈਂ ਰੱਬ ਨਹੀਂ ਹਾਂ। ਨਾ ਹੀ ਪਹੁੰਚ ਹੈ ਮੇਰੀ ਉਸ ਤੱਕ, ਹੋ ਸਕਦੀ ਸੀ ਪਹੁੰਚ ਤਾਂ ਜੇ ਕਿਧਰੇ ਟਿੱਲੇ ਤੇ ਜਾ ਕੇ ਧੂਣੀ ਲਾ ਲੈਂਦੀ, ਪਿੰਡੇ ਤੇ ਮੜ ਕੇ ਸਵਾ ਅਲਕ ਜਗਾ ਲੈਂਦੀ। ਪਰ ਅਹਿਮੀਅਤ ਦੀ ਗੱਲ ਹੈ ਸਾਰੀ, ਮੇਰੇ ਲਈ ਧੂਣੀ ਬਾਲਣ ਨਾਲੋਂ ਅਹਿਮ ਸੀ ਘਰ ਦੇ ਚੁੱਲ੍ਹੇ ਵਿੱਚ ਬਾਲਣ ਨਾਲ। ਪਰ ਅਹਿਮੀਅਤ ਦੀ ਗੱਲ ਹੈ ਸਾਰੀ, ਮੇਰੇ ਲਈ ਧੂਣੀ ਬਾਲਣ ਤੋਂ ਅਹਿਮ ਸੀ ਘਰ ਦੇ ਚੁੱਲ੍ਹੇ ਵਿੱਚ ਬਾਲਣਾ ਹੱਲ। ਕੰਨਾਂ ਵਿੱਚ ਕਿਵੇਂ ਪਾ ਸਕਦੀ ਸਾਂ ਕੱਚ ਦੀਆਂ ਮੁੰਦਰਾਂ, ਕੰਨ ਤਾਂ ਬਚਪਨ ਵਿੱਚ ਹੀ ਵਿੱਧ ਦਿੱਤੇ ਸਨ ਮੇਰੇ ਸੂਣਾ ਨਾਲ। ਸੂਣਾ ਬਿੰਨੇ ਜਿਸਮ ਨੂੰ ਲੈ ਕੇ ਦਰਦਰ ਕਿਵੇਂ ਭਟਕਦੀ ਅਲਕ ਨਿਰੰਦਰ ਕਹਿੰਦੀ। ਸਿਰ ਤੇ ਵੀ ਬਹੁਤ ਭਾਰ ਸੀ, ਸਦਾ ਚਾਰ ਦਾ ਟਿਕਿਆ ਹੋਇਆ ਸੀ ਟੋਕਰਾ। ਜਦੋਂ ਤੂੰ ਰੋਡ ਫੋਡ ਹੋ ਕੇ ਦਰਾਂ ਤੇ ਖੜਾ ਹੁੰਦੇ ਖੈਰਾਤ ਲਈ, ਤਾਂ ਜੀ ਕਰਦਾ ਹੈ ਸਿਰ ਦੇ ਲਈ ਉੜਨੀ ਨੂੰ ਤੇਰੇ ਮੂੰਹ ਤੇ ਭਗਾਵਾਂ। ਹੱਥੀ ਪਕਾਇਆ ਮਨ ਦੇਣ ਤੋਂ ਕੋਰੀ ਨਾ ਕਰ ਦੇਵਾਂ, ਮਹਾਤਮਾ ਬਣਿਆ ਜਦੋਂ ਦਾ ਉਦੋਂ ਤਾਂ ਭੁੱਲ ਹੀ ਗਏ ਕਿ ਮੇਰੇ ਅੰਦਰ ਵੀ ਇੱਕ ਗੌਤਮ ਸੀ। ਮਹਾਤਮਾ ਬਣਿਆ ਜਦੋਂ ਦਾ ਉਦੋਂ ਤਾਂ ਭੁੱਲ ਹੀ ਗਏ ਕਿ ਮੇਰੇ ਅੰਦਰ ਵੀ ਇੱਕ ਗੌਤਮ ਸੀ, ਜਿਸ ਨੂੰ ਮੈਂ ਆਪਣੇ ਹੱਥੀ ਮਾਰਿਆ ਹੈ, ਤੇਰੇ ਅੰਸ਼ ਨੂੰ ਆਪਣੀ ਭੁੱਖ ਵਿੱਚ ਜੁਗਾ ਰੱਖ ਲਿਆ। ਤੇਰੇ ਅੰਸ਼ ਨੂੰ ਆਪਣੀ ਭੁੱਖ ਵਿੱਚ ਜੀਵਤ ਰੱਖਣ ਲਈ ਤੂੰ ਸਿਰਫ ਜਨਮ ਮਰਨ ਤੋਂ ਮੁਕਤੀ ਚਾਹੁੰਦਾ ਹੈ, ਤੂੰ ਸਿਰਫ ਜਨਮ ਮਰਨ ਤੋਂ ਮੁਕਤੀ ਚਾਹੁੰਦਾ ਹੈ। ਪਰ ਮੇਰਾ ਸਫ਼ਰ ਤੇਰੇ ਜਨਮ ਤੋਂ 9 ਮਹੀਨੇ ਪਹਿਲਾਂ ਸ਼ੁਰੂ ਹੁੰਦਾ ਹੈ। ਤੇਰੇ ਮਨ ਵਿੱਚ ਹੋਏਗੀ ਮੁਕਤੀ ਲਈ ਭਟਕਣਾ ਤੇ ਸਵਰਗ ਦੀ ਲਾਲਸਾ, ਤੇਰੇ ਮਨ ਵਿੱਚ ਹੋਏਗੀ ਮੁਕਤੀ ਲਈ ਭਟਕਣਾ ਤੇ ਸਵਰਗ ਦੀ ਲਾਲਸਾ, ਪਰ ਮੇਰੇ ਤਨ ਵਿੱਚ ਸਿਰਫ ਭੁੱਖ ਹੈ। ਜੇ ਨਾ ਹੁੰਦੀ ਭੁੱਖ ਤਾਂ ਮੈਂ ਵੀ ਤਾਂਡਵ ਕਰ ਸਕਦੀ ਸੀ ਹਿਮਾਲਿਆ ਦੀ ਕਿਸੇ ਚੋਟੀ ਤੇ ਜਾ ਕੇ, ਤੇ ਤੇਰੀ ਦੇਵ ਬਣ ਸਕਦੀ ਸੀ। ਜੇ ਨਾ ਹੁੰਦੀ ਭੁੱਖ ਤਾਂ ਮੈਂ ਵੀ ਤਾਂਡਵ ਕਰ ਸਕਦੀ ਸੀ ਹਿਮਾਲਿਆ ਦੀ ਕਿਸੇ ਚੋਟੀ ਤੇ ਜਾ ਕੇ, ਤੇ ਤੇਰੀ ਦੇਵ ਬਣ ਸਕਦੀ ਸੀ। ਪਰ ਕੁਝ ਵੀ ਕਹਿ, ਤੂੰ ਮੇਰੇ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਮੈਂ
ਅੰਦਰ ਬੈਠੀ ਹਾਂ ਤੇਰੇ ਛੁਪ ਕੇ ਤੇਰੇ ਅਣਪੋਸ਼ ਵਿੱਚ। ਇੱਕ ਗੱਲ ਤਾਂ ਦੱਸ, ਧੂਣੀ ਬਾਲ ਕੇ ਤੂੰ ਲੋਕਾਂ ਨੂੰ ਪੁੱਤਰਾਂ ਦੇ ਵਰ ਕਿਵੇਂ ਦੇ ਦਿੰਦਾ ਹੈ? ਇੱਕ ਗੱਲ ਤਾਂ ਦੱਸ, ਧੂਣੀ ਬਾਲ ਕੇ ਤੂੰ ਲੋਕਾਂ ਨੂੰ ਪੁੱਤਰਾਂ ਦੇ ਵਰ ਕਿਵੇਂ ਦੇ ਦਿੰਦਾ ਹੈ? ਕਿ ਤੈਨੂੰ ਨਹੀਂ ਪਤਾ ਧੂਣੀ ਦੀ ਅੱਗ ਪੁੱਤਰਾਂ ਦੇ ਵਰ ਹੀ ਦੇ ਸਕਦੀ ਹੈ? ਬਸ ਪੁੱਤਰ ਤਾਂ ਹੀ ਮਿਲਦੇ ਨੇ ਜੇ ਚਰਾਂਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੀ। ਧੂਣੀ ਦੀ ਅੱਗ ਪੁੱਤਰਾਂ ਦੇ ਵਰ ਹੀ ਦੇ ਸਕਦੀ ਹੈ? ਬਸ ਪੁੱਤਰ ਤਾਂ ਹੀ ਮਿਲਦੇ ਨੇ ਜੇ ਚਰਾਂਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੇ। ਮੰਨਿਆ ਪਿੰਡੇ ਤੇ ਰਾਤ ਮਲਣ ਦਾ ਹੁਨਰ ਹੈ ਤੈਨੂੰ, ਪਰ ਘੁੱਬੜ ਵਿੱਚ ਅੱਗ ਦੱਬਣ ਦਾ ਗੁਣ ਤੈਨੂੰ ਕਦੇ ਨਹੀਂ ਆਉਣਾ। ਪਰ ਘੁੱਬੜ ਵਿੱਚ ਅੱਗ ਦੱਬਣ ਦਾ ਗੁਣ ਮੁਹੱਬਤ ਕਰਨਾ ਅਤੇ ਮੁਹੱਬਤ ਸਿਖਾਉਣਾ ਹਰ ਦੌਰ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ। ਕਵਿਤਾ ਇਸੇ ਮੁਹੱਬਤ ਭਰੇ ਅਹਿਸਾਸ ਦਾ ਨਾਮ ਹੈ। ਹੁਣ ਡਾਕਟਰ ਵੀਰਪਾਲ ਕੌਰ ਕਮਲ ਜੀ ਆਪਣੀ ਰਚਨਾ ਲੈ ਕੇ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਸ਼ਹਿਨਾਜ਼ ਜੀ ਤਿਆਰ ਰਹਿਣਗੇ। ਡਾਕਟਰ ਵੀਰਪਾਲ ਕੌਰ ਕਮਲ ਲੋਕ ਧਾਰਾ ਗਰੁੱਪ ਨਾਲ ਜੁੜੇ ਹੋਏ ਨੇ ਔਰ ਅਕਸਰ ਇਹਨਾਂ ਨੂੰ ਥਾਂ ਤੇ ਜਲੇਬੀਆਂ ਖਾਂਦਿਆਂ ਵੀ ਦੇਖਿਆ ਜਾਂਦਾ। ਅੱਜ ਕਰਕੇ ਅਸੀਂ ਰਵੀ ਦੇ ਕੈਮਰਾ ਹੀ ਜਿਹੜੀ ਖੂਬਸੂਰਤ ਜਿਹੜੀ ਸ਼ਖਸੀਅਤ ਆ ਹੁਣ ਆਪਣੀ ਰਚਨਾ ਕਹਿਣਗੇ, ਉਸ ਤੋਂ ਬਾਅਦ ਸ਼ਹਿਨਾਜ਼ ਜੀ ਤਿਆਰ ਰਹਿਣਗੇ। ਆਓ ਜੀ, ਜਲੇਬੀਆਂ ਨਹੀਂ ਖਾਂਦਿਆਂ ਸੀ ਇਹਦਾ ਰਵੀ ਦੀ ਸ਼ਰਾਰਤ ਸੀ। ਵੈਸੇ ਮੈਨੂੰ ਡਾਇਬਟੀਜ਼ ਆ ਹਨਾ, ਬਦਨਾਮ ਕਰਦਾ ਘਰੋਂ ਇੰਨੇ ਸ਼ਕਰ ਪਾਈ ਕਹਿੰਦੇ ਘਰੇ ਤਾਂ ਫਿੱਕੀ ਚਾਹ ਪੀਂਦੀ ਆ ਉੱਥੇ ਜਲੇਬੀਆਂ ਖਾਂਦੀ ਫਿਰਦੀ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਬੜੀਆਂ ਛੋਟੀਆਂ ਜਿਹੀਆਂ ਕਵਿਤਾਵਾਂ ਲਿਖਦੀ ਹਾਂ, ਟਾਈਮ ਨਹੀਂ ਲੈਂਦੀ, ਤੁਸੀਂ ਸੋਚੋ ਕਿ ਬੋਲ ਰਹੀ ਹੈ ਕਿਉਂਕਿ ਮੇਰੀ ਕਵਿਤਾ ਇੱਕ ਲੈਣ ਦੀ ਹੁੰਦੀ ਹੈ। ਜਿਹਨੂੰ ਪਤਾ ਲੱਗ ਗਿਆ ਤਾੜੀ ਮਾਰ ਦਿਓ। ਸਰੋਤੇ ਮੇਰੇ ਤੋਂ ਅਕਸਰ ਖੁਸ਼ ਹੁੰਦੇ ਆ ਕਿ ਮੈਂ ਸਟੇਜ ਤੋਂ ਚੜ੍ਹਦੀ ਮਗਰ ਉਹ ਤੋਂ ਪਹਿਲਾਂ ਜਾਂਦੀ ਹਾਂ ਕਿਉਂਕਿ ਕੋਈ ਨਹੀਂ ਸੁਣਨਾ ਚਾਹੁੰਦਾ ਕਿਸੇ ਨੂੰ। ਬੇਸਿਕਲੀ ਮੈਂ ਲੰਮੀਆਂ ਹੇਕਾਂ ਦੇ ਗੀਤ ਗਾਉਣ ਵਾਲੀ ਹਾਂ। ਕਵਿਤਾ ਤਾਂ ਪਤਾ ਨਹੀਂ ਕਿੱਧਰੋਂ ਆਉਣ ਲੱਗ ਗਈ। ਪਹਿਲਾਂ ਗੀਤਾਂ ਦੇ ਦੋ ਦੋ ਸ਼ੇਅਰ। ਉਹਨਾਂ ਵੇਖਿਆ ਪਿਛਾਂ ਵੱਲ ਮੁੜ ਕੇ, ਉਹਨਾਂ ਵੇਖਿਆ ਪਿਛਾਂ ਵੱਲ ਮੁੜ ਕੇ, ਇਬਾਦਤਾਂ ਦੇ ਮੁੱਲ ਪੈ ਗਏ। ਇਹੀ ਵੀ ਔਕਾਤ ਨਹੀਂ ਸੀ ਸਾਡੀ, ਔਕਾਤ ਨਾਲੋਂ ਵੱਧਦੇ ਗਏ, ਔਕਾਤ ਨਾਲੋਂ ਵੱਧਦੇ ਗਏ। ਇੱਕ ਸ਼ੇਅਰ ਹੋਰ। ਸਾਹਾਂ ਦੀਆਂ ਸਾਂਝਾਂ ਵੇ, ਸਾਹਾਂ ਦੀਆਂ ਸਾਂਝਾਂ ਵੇ, ਸਾਹਾਂ ਚ ਸਮੋ ਜਾਈਏ, ਤੇਰੀ ਇੱਕ ਗੱਲ ਵਕੜੀ ਵੇ ਪੂਰੇ ਹੋ ਜਾਈਏ, ਤੇਰੀ ਇੱਕ ਗੱਲ ਵਕੜੀ ਵੇ ਪੂਰੇ ਹੋ ਜਾਈਏ। ਹੁਣ ਕਵਿਤਾ ਜੀ, ਜਿਹਨੂੰ ਪਤਾ ਲੱਗ ਗਿਆ ਖਤਮ ਹੋ ਗਈ ਤਾਲੀਆਂ ਮਾਰ ਦਿਓ, ਠੀਕ ਹੈ। ਨਿੱਕੀ ਜੀ ਕਵਿਤਾ, ਉਹਨੂੰ ਸਰੋਤਿਆਂ ਵੱਲੋਂ ਬੜਾ ਪਿਆਰ ਮਿਲਿਆ। ਕੌਣ ਕਹਿੰਦਾ ਹੈ, ਕੌਣ ਕਹਿੰਦਾ ਹੈ ਦੁਆ ਦਾ ਅਸਰ ਨਹੀਂ ਹੁੰਦਾ, ਕੌਣ ਕਹਿੰਦਾ ਹੈ ਦੁਆ ਦਾ ਅਸਰ ਨਹੀਂ ਹੁੰਦਾ, ਹੌਲੀ ਹੌਲੀ ਹੋਇਆ ਉਸ ਦੁਆ ਦਾ ਅਸਰ, ਜੋ ਜੰਮਦਿਆਂ ਹੀ ਮਿਲੀ ਸੀ ਪੱਥਰ ਹੈ। ਹਸਲੋ ਹਸਲੋ
ਇੱਕ ਗੱਲ ਹੁੰਦੀ ਹੈ ਕਿ ਹਾਂ ਤੁਹਾਨੂੰ ਜਾਂ ਸੇਵ ਕਰਨਾ ਕਵਰ ਆਪਣਾ ਹੈ, ਠੀਕ ਹੈ। ਇੱਕ ਹੋਰ ਸੀਰੀਅਸ ਹੋ ਜਾਓ, ਜੀਵੇ ਚੰਨਾ ਜੀਵੇ ਚੰਨਾ ਮੈਂ ਤੇਰੀ ਆਭਾਰੀ ਹਾਂ, ਜੀਵੇ ਚੰਨਾ ਮੈਂ ਤੇਰੀ ਆਭਾਰੀ ਹਾਂ, ਤੂੰ ਮੇਰੀ ਮਾਂਗ ਦਾ ਸੰਧੂਰ ਵੀ ਤਾਂ ਹੈ, ਕੀ ਹੋਇਆ ਜੇ ਕਦੇ ਜ਼ੁਲਫ ਸੰਵਾਰਨ ਨਹੀਂ ਦਿੱਤੀ, ਜੀਵੇ ਚੰਨਾ ਤੂੰ ਮੇਰੇ ਲਾਲਾਂ ਦਾ ਬਾਪ ਵੀ ਤਾਂ ਹੈ, ਜੀਵੇ ਚੰਨਾ ਤੂੰ ਮੇਰੇ ਲਾਲਾਂ ਦਾ ਬਾਪ ਵੀ ਤਾਂ ਹੈ, ਕੀ ਹੋਇਆ ਜੇ ਡਰ ਕੇ ਸਹਿਮ ਜਾਂਦੇ ਐ ਤੈਥੋਂ। ਜੀਵੇ ਚੰਨਾ ਬੋਲੋ ਬੋਲੋ ਆ
ਦਰਦ ਗਿਆ ਚੁੱਪ ਹੀ ਹੋਣਾ ਚੰਗਾ ਬੰਦਿਆਂ ਚੁੱਪ ਹੀ ਹੋਣਾ ਚੰਗਾ
ਕਹਿੰਦਾ ਰਹੂ ਮੇਰੇ ਮੁੰਡੇ ਰਹੂ ਮੈਂ ਖਾਸ ਪੰਜਾਬੀ ਮਾਂ ਬੋਲੀ ਸਦਾ ਰਹੂ ਮੇਰੇ ਲਈ ਖਾਸ ਪੰਜਾਬੀ ਮਾਂ ਬੋਲੀ ਇਸ ਬੋਲੀ ਨੂੰ ਇਸ ਬੋਲੀ ਵਿੱਚ ਮੇਰੇ ਪਿੰਡ ਦੀਆਂ ਗਲੀਆਂ ਵਿੱਚ ਨੰਨੇ ਮੁੰਡੇ ਬੱਚੇ ਖੇਡਦੇ ਨਜ਼ਰ ਆਉਂਦੇ ਨੇ ਇਸ ਦੀ ਗੋਦ ਵਿੱਚ ਹਾਂ ਪਲਿਆ ਤੇ ਪਲ ਕੇ ਵੱਡਾ ਹੋਇਆ ਮੈਨੂੰ ਗੁਰਾਂ ਦੀ ਕਰਾਵੇ ਯਾਦ ਪੰਜਾਬੀ ਮਾਂ ਬੋਲੀ ਇਸ ਬੋਲੀ ਨੂੰ ਪੜਾ ਤਾਂ ਮੇਰੀ ਮਾਂ ਦਾ ਚੇਤਾ ਆਵੇ ਇਸ ਬੋਲੀ ਨੂੰ ਪੜਾ ਮੇਰੀ ਮਾਂ ਦਾ ਚੇਤਾ ਆਵੇ ਹਰ ਵਾਰ ਤੇਰਾ ਮਨ ਫੱਡਾ ਸ਼ੇਰੀ ਦੇ ਸਿਰ ਬਣਾਵਾ ਬਣਾਵੇ ਲੱਖ ਭਾਸ਼ਾ ਮੈਂ ਪੜ੍ਹ ਲਵਾਂ ਤੇ ਲਿਖ ਲਵਾਂ ਲੱਖ ਭਾਸ਼ਾ ਮੈਂ ਪੜ੍ਹ ਲਵਾਂ ਤੇ ਲਿਖ ਲਵਾਂ ਰੋ ਕੂਨ ਕੂਨ ਵਿੱਚ ਵਾਸ ਪੰਜਾਬੀ ਮਾਂ ਬੋਲੀ ਘੁੰਮ ਲਵਾਂ ਮੈਂ ਦੁਨੀਆ ਸਾਰੀ ਘੁੰਮ ਲਵਾਂ ਮੈਂ ਦੁਨੀਆ ਸਾਰੀ ਬਣ ਜਾਵਾਂ ਪਰਦੇਸੀ ਦੋਸਤੋ ਅਸੀਂ ਤੁਹਾਡੇ ਤੋਂ ਇੱਕ ਫੀਡਬੈਕ ਲੈ ਰਹੇ ਸੀ ਤੁਹਾਡੇ ਲਈ ਕਵਿਤਾ ਕੀ ਹੈ ਜੇ ਕਿਸੇ ਕੋਲ ਹੈ ਤਾਂ ਇੱਥੇ ਸਾਡੇ ਪ੍ਰਬੰਧਕ ਮੀਤ ਅਨਮੋਲ ਉਹਨਾਂ ਨੂੰ ਦੇ ਦਿਓ ਅਜ਼ੀਮ ਸ਼ੇਖਰ ਲਈ ਕਵਿਤਾ ਕੀ ਹੈ ਦਫ਼ਨ ਜਿੰਨਾ ਚਿਰ ਰਿਹਾ ਉਹ ਵਕਤ ਸਿਰ ਕਰਜ਼ਾ ਰਿਹਾ ਅਣਕਹੇ ਨੂੰ ਕਹਿਣ ਵੇਲੇ ਉਸਦਾ ਨਾਂ ਕਵਿਤਾ ਪਿਆ ਅਜ਼ੀਮ ਸ਼ੇਖਰ ਜੀ ਤੇ ਇਸ ਤੋਂ ਬਾਅਦ ਰਿੰਕੂ